ਮੇਰੇ ਬੇਟੇ ਵਿੱਚ ਲੱਗੇ ਆ ਉੱਥੇ ਮਿਸਾਲ ਸਾਹਮਣੇ ਲੱਗੇ ਕੁੱਕਰ ਫਟਿਆ ਕਿ ਸਿਲੰਡਰ ਫਟਿਆ ਤਾਂ ਪਤਾ ਲੱਗਾ ਕੀ ਹੋਇਆ ਠੀਕ ਹੈ ਨਾ ਅਤੇ ਜਿਹੜੇ ਉਹ ਤਾਂ ਸਾਰੇ ਮਤਲਬ ਇਕੱਠੇ ਹੋ ਗਏ ਸਾਰੇ ਪਿੰਡ ਇਕੱਠਾ ਹੋ ਗਿਆ ਤੇ ਅੰਦਰ ਤਿੰਨੇ ਸੀ ਹਾਂਜੀ ਕਮਰੇ ਵਿੱਚ ਸੋਈ ਅਤੇ ਜਲਦੀ ਨਹੀਂ ਪਤਾ ਲੱਗਦੀ ਆ ਜੀ ਪਤਾ ਨਹੀਂ ਲੱਗਾ ਇਹ ਬੂਟਾ ਪਿੰਡ ਕੁਛ ਨਹੀਂ ਸਰ ਅਸੀਂ ਵੀ ਆਵਾਜ਼ ਸੁਣ ਕੇ ਗਏ ਜਦੋਂ ਅਸੀਂ ਗਏ ਤਾਂ ਇੱਕਦਮ ਬਾਹਰ ਆਈਆਂ ਕਿਚਨ ਤੋਂ ਅਤੇ ਫਿਰ ਅਸੀਂ ਜਦੋਂ ਮੈਂ ਅੰਦਰ ਗਈ ਹਾਂ ਅਤੇ ਜਿਹੜਾ ਕੁੱਕਰ ਸੀਗਾ ਉਹਦਾ ਜਿਹੜਾ ਢੱਕਣ ਹੈ ਜੀ ਉਹ ਫਟਿਆ ਅਤੇ ਜਿਹੜੇ ਕੁੱਕਰ ਸੀ ਉਹ ਤਾਂ ਉਹ ਭੱਠੀ ਦੇ ਵਿੱਚ ਫਸਿਆ ਹੋਇਆ ਸੀ ਅਤੇ ਕੁੱਕਰ ਤੋਂ ਫਿਰ ਜਿਹੜਾ ਪਾਣੀ ਨਿਕਲਿਆ ਇੱਕ ਜਣੀ ਚਾਹ ਬਣਾ ਰਹੀ ਸੀ ਦੋ ਜਣੀ ਸਬਜ਼ੀ ਕੱਟ ਰਹੀਆਂ ਸੀ ਉਹ ਫਿਰ ਪਾਣੀ ਉਛਲ ਕੇ ਇਹਨਾਂ ਦੇ ਉੱਪਰ ਪਿਆ ਪਰ ਇਹਨਾਂ ਨੇ ਹਿੰਮਤ ਦਿਖਾਈ ਇਹ ਫਿਰ ਬਾਹਰ ਦੌੜੀਆਂ ਇੱਕਦਮ ਬਾਹਰ ਬਾਹਰ ਆ ਗਏ ਸਰ ਤਿੰਨ ਜਣੇ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਵਾਹਿਗੁਰੂ ਜੀ ਦੀ ਬਹੁਤ ਮਿਹਰ ਹੈ ਕਿ ਚਲੋ ਬੱਚੇ ਸਾਰੇ ਠੀਕ ਹੈ ਉਹ ਕੁੱਕਰ ਦੀ ਇੱਕ ਥੋੜ੍ਹੀ ਜਿਹੀ ਵਾਸ਼ਲ ਖਰਾਬ ਹੋਣ ਕਰਕੇ ਉਹ ਥੋੜ੍ਹਾ ਜਿਹਾ ਪ੍ਰੋਬਲਮ ਆਈ ਹੈ ਪਰ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਬੱਚੇ ਠੀਕ ਨੇ ਥੋੜ੍ਹਾ ਜਿਹਾ ਸਟਾਫ ਹੈ ਹੋਸਪਿਟਲ ਹੈ ਉਹਨਾਂ ਨੂੰ ਦੇਖਣ ਜਾ ਰਿਹਾ ਵਾਹਿਗੁਰੂ ਜੀ ਦਾ ਸ਼ੁਕਰ ਹੈ ਕਿ ਚਲੋ ਸਾਰੇ ਠੀਕ ਨੇ